ਫਾਰਮ ਭਰਨ ਡਈ ਤੇ ਅੱਜ ਕਹਿਣ ਡਈ ਕਿ ਫੋਟੋਆਂ ਖਿੱਚਣੀਆਂ ਬੱਚਿਆਂ ਦੀਆਂ, ਤੁਸੀਂ ਹੋਸਪਿਟਲ ਦੇ ਥੱਲੇ ਲਿਆਓ ਵੀ, ਵੀ ਹੋਸਪਿਟਲ ਦੀ ਵੀ ਖਿੱਚਣੀ ਫੋਟੋ ਨਾਲ, ਤੋ ਉੱਥੋਂ ਹੀ ਲੈ ਗਏ ਬੱਚਿਆਂ ਨੂੰ। ਸਾਨੂੰ ਜਸਟ ਉਹਨੇ ਖਬਰ ਮਿਲੀ ਹੈ ਕਿ ਕੋਈ ਲੇਡੀਜ਼ ਇਹਨਾਂ ਕੋਲ ਇਹਨਾਂ ਦਾ ਪੇਸ਼ੈਂਟ ਦਾ ਅਟੈਂਡੈਂਟ ਬਣ ਕੇ ਤਕਰੀਬਨ 2-3 ਘੰਟੇ ਬੈਠੀ ਰਹੀ ਪਹਿਲਾਂ। ਜੋ 2-3 ਘੰਟੇ ਬੈਠੀ ਰਹੀ ਇਹਨਾਂ ਦਾ ਅਟੈਂਡੈਂਟ ਬਣ ਕੇ, ਇਹਨਾਂ ਜੀ ਇੱਕ ਲੜਕੀ ਦੀ ਸੱਸ ਦੇ ਨਾਲ, ਇੱਕ ਲੜਕੀ ਦੀ ਮਾਂ ਦੇ ਨਾਲ ਬੱਚਾ ਲੈ ਕੇ ਥੱਲੇ ਗਏ ਨੇ ਖੁਦ। ਉਹਦਾ ਕਿਸੇ ਨੂੰ ਇਹ ਨਹੀਂ ਪਤਾ ਵੀ ਇਹਨਾਂ ਅਟੈਂਡੈਂਟ ਹੈ ਕਿ ਉਹਨਾਂ ਨਾਲ ਹੈ, ਪਰ 2-3 ਘੰਟੇ ਦਾ ਪਹਿਲਾਂ ਜਿਸ ਤਰ੍ਹਾਂ ਘਰੇਲੂ ਐਟਮੋਸਫੀਅਰ ਹੁੰਦਾ, ਘਰੇਲੂ ਮੈਂਬਰਾਂ ਵਾਂਗੂ ਬੈਠੀਆਂ ਰਹੀ ਇਹਨਾਂ ਕੋਲ 2-2 ਘੰਟੇ, ਬਾਅਦ 'ਚੋਂ ਚਲੀਆਂ ਗਈਆਂ। ਹੁਣ ਪਤਾ ਲੱਗਿਆ ਵੀ ਜਿਹੜੀ ਗਈ ਸੀ ਇੱਕ ਲੜਕੀ ਗਈ ਸੀ, ਇੱਕ ਲੜਕਾ ਸੀਗਾ, ਜਿਹੜੀ ਲੜਕੀ ਸੀ ਉਹਦੀ ਨਾਨੀ, ਲੜਕੀ ਜਿਹੜੀ ਲੈ ਕੇ ਗਈ ਆ ਉਹਦੀ ਇੱਕ ਦੀ ਨਾਲ ਬੱਚੇ ਦੇ ਨਾਲ ਨਾਨੀ ਗਈ ਹੈ, ਇੱਕ ਤਾਂ ਬੱਚੇ ਨਾਲ ਦਾਦੀ ਗਈ ਆ। ਜਿਹੜੀ ਨਾਨੀ ਗਈ ਸੀ ਉਹ ਬੱਚੀ ਵਾਪਸ ਆ ਗਈ ਆ, ਜਿਹੜੀ ਦਾਦੀ ਵਾਲਾ ਬੱਚਾ ਹੈਗਾ ਦਾਦੀ ਕਹਿੰਦੇ ਥੱਲੇ ਆ ਗਈ, ਪਰ ਬੱਚਾ ਨਹੀਂ ਆ। ਹੁਣ ਕਿਉਂਕਿ ਪਰ ਨਾਨੀ ਅਤੇ ਦਾਦੀ ਨਾਲ ਬੱਚਾ ਲੈ ਕੇ ਗਈ ਆ, ਉਹਦੇ ਬਾਰੇ ਆਪਾਂ ਹੁਣ ਜਾਂਚ ਕਰ ਰਹੇ, ਚੱਕਰ ਕੇਸ ਕੀ ਗਾ। ਸੀਸੀਟੀਵੀ ਹੁਣ ਜਦ ਵੇਖ ਰਹੇ ਆਪਾਂ, ਹੁਣ ਜੇ ਲੇਡੀ ਚੜੀ ਹੈਗੀ ਆ ਉਹਦੀ ਪਛਾਣ ਹੋਈ, ਕੋਈ ਚਿੰਤਾ ਕਰਨ ਦੀ ਲੋੜ ਨਹੀਂ ਸੀ। ਜਸਟ ਹੁਣੇ ਸਾਨੂੰ ਖਬਰ ਆਈ ਹੈ, ਪੁਲਿਸ ਨੂੰ ਕੰਪਲੇਂਟ ਹੋ ਗਈ ਹੈ ਕਰ ਰਹੇ ਆਪਾਂ। ਉਹ ਜਿਹੜੀ ਲੇਡੀ ਹੈਗੀ ਆ ਉਹ ਇਹਨਾਂ ਦੇ ਜਿਸ ਅਟੈਂਡੈਂਟ ਬਿਹੇਵ ਕਰਕੇ, ਜਿਸ ਅਟੈਂਡੈਂਟ ਹੁੰਦਾ ਕੋਈ ਮਰੀਜ਼ ਇੱਥੇ ਦਾਖਲ ਹੈਗਾ, ਅਟੈਂਡੈਂਟ ਵਾਂਗੂ ਇਹਨਾਂ ਦੇ ਰਹੀ ਆ, ਇਹਨਾਂ ਕੋਲ ਹੀ ਰਹੀ ਆ। ਉਹ ਇਹਨਾਂ ਨੂੰ ਕੈਂਡੀ ਵਿੱਚ ਵੀ ਕਿਹਾ ਇਹਨਾਂ ਨੂੰ, ਇਹਨਾਂ ਫਰਜ਼ੀ 'ਚ ਕੋਈ ਕਹਿ ਰਿਹਾ ਅਣਪਛਾਤਾ ਬੰਦਾ ਕਹਿ ਰਿਹਾ ਸਾਨੂੰ, ਦੱਸਣ ਤਾਂ ਸਹੀ ਆਪਣੇ ਆਪ ਹੀ, ਜਿਸ ਤਰ੍ਹਾਂ ਬੱਚੇ ਦੀ ਦਾਦੀ, ਬੱਚੇ ਦੀ ਨਾਨੀ, ਇੱਕ ਬੱਚੇ ਨਾਲ ਬੱਚੇ ਦਾਦੀ ਜਾਂਦੀ ਆ, ਬੱਚੇ ਨਾਨੀ ਜਾਂਦੀ ਆ, ਤੁਸੀਂ ਕੀ ਸਮਝੋਗੇ ਜੇ ਘਰੇਲੂ ਮੈਂਬਰ ਹੈਗਾ, ਉਹ ਘਰੇਲੂ ਮੈਂਬਰ ਕੋਈ ਬਿਹੇਵ ਕਰਕੇ ਨਾਲ ਗਈ ਆ। ਹਾਂਜੀ, ਆਪਾਂ ਉਹਨੇ ਪੁਲਿਸ ਨੂੰ ਇਨਫੋਰਮ ਕਰ ਰਹੇ ਹਾਂ, ਸਾਰੇ ਸੀਸੀਟੀਵੀ ਫੁਟੇਜ ਦੇਖ ਰਹੇ ਹਾਂ, ਪਛਾਣ ਕੋਈ ਵੀ ਹੈ ਕੌਣ ਹੈਗਾ। ਨਹੀਂ, ਹਸਪਤਾਲ ਪ੍ਰਸ਼ਾਸਨ ਦੀ ਨਲਾਇਕੀ ਵਾਲੀ ਗੱਲ ਹੀ, ਕਾਰਨ ਕੀ ਹੈਗਾ ਕਿ ਉਹ ਬੱਚਾ, ਜੋ ਬੱਚਾ ਦਾਦੀ ਨਾਲ ਜਾ ਰਿਹਾ, ਇੱਕ ਬੱਚਾ ਨਾਨੀ ਨਾਲ ਜਾ ਰਿਹਾ, ਅਟੈਂਡੈਂਟ ਹੈਗਾ, ਅਟੈਂਡੈਂਟ ਨਾਲ ਲੈ ਕੇ ਗਿਆ, ਕੱਲ੍ਹ ਆਪਣੇ ਆਪਦੇ ਬੱਚੇ ਨੂੰ ਕੋਈ ਲੈ ਕੇ ਨਹੀਂ ਗਿਆ। ਹਰਦੀਸ਼ ਕੌਰ, ਮੇਰੇ ਬੱਚਾ ਕੋ ਕੇ ਵੀ ਮੇਰਾ ਬਾਨਾ ਲਾ ਕੇ ਲੈ ਗਈ ਆ ਪੁੱਤਰ, ਅਜੇ 8 ਦਿਨਾਂ ਦਾ ਲੋ ਮੇਰੇ ਨਾਲ ਜੋ ਆ, ਵੇਖੋ ਇੱਧਰ ਉਹ ਇਕੱਲੀ ਆਈ ਆ, ਚਲੋ ਅਸੀਂ ਮਗਰ ਲਾ ਗਈਆਂ, ਸਾਨੂੰ ਕੀ ਪਤਾ ਲੱਗਾ ਐਸੇ ਸੀ। ਪਰ ਕੱਲ ਦੀ ਆ ਡਈ ਆ, ਕੱਲ ਦੀ ਇਹਨਾਂ ਨੂੰ ਵੀ ਸਾਰਿਆਂ ਨੂੰ ਪਤਾ, ਉੱਥੇ ਬੀਮਾ ਕਰਾਓ, ਤੁਹਾਡੇ ਬੱਚੇ ਦੇ ਪੈਸੇ ਆਉਣਗੇ 5,000 ਆਊਗਾ, ਤੁਹਾਡੀ ਪੜ੍ਹਾਈ ਵੀ ਮਾਫ ਹੋ ਸਕਦੀ ਆ, ਤੁਹਾਨੂੰ ਪੈਸੇ ਵੀ ਮਿਲਿਆ ਕਰਨਗੇ। ਮੈਂ ਖਾਤਾ ਨੰਬਰ ਲਿਓ, ਕਿਹਦਾ ਲੈਣਾ ਜੀ ਖਾਤੇ ਨੰਬਰ, ਕਿੰਨੇ ਕੁ ਉਮਰ ਦੀ ਹੋਊਗੀ? 45 ਸਾਲ ਦੀ ਹੋਣੀ ਆ। ਅਜੇ ਮੌਕੇ 'ਤੇ ਆਏ ਹਾਂ, ਗੱਲਬਾਤ ਕਰਨ ਡਏ ਹਾਂ, ਪਤਾ ਲੱਗਿਆ ਵਾ ਵੀ ਇਹਨਾਂ ਦਾ ਬੱਚਾ ਸੀਗਾ, ਇੱਥੇ ਭੈਣ ਜੀ ਆ, ਇੱਥੇ ਦਲਜੀਤ ਕੌਰ, ਇਹਨਾਂ ਦੀ ਡਿਲੀਵਰੀ ਹੋਈ ਸੀ ਅਤੇ ਕੋਈ ਲੇਡੀਜ਼ ਆਈ ਆ, ਉਹਨੇ ਇਹ ਗੱਲ ਆਖੀ ਆ ਵੀ ਮੈਂ ਫੋਟੋ ਖਿਚਾਉਣੀ ਆ, ਤਾਂ ਥੱਲੇ ਫੋਟੋਗ੍ਰਾਫਰ ਦੀ ਦੁਕਾਨ 'ਤੇ ਲੈ ਗਈ। ਅਜੇ ਜਸਟ ਆਏ, ਪਤਾ ਕਰ ਰਹੇ ਹਾਂ ਜੋ ਹਾਲਾਤ, ਉਹਦੇ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾਏਗੀ। ਅਜੇ ਵੇਖ ਰਹੇ ਜੀ, ਜਸਟ ਆਏ ਹੀ, ਇਨਫੋਰਮੇਸ਼ਨ ਮਿਲੀ, ਅਸੀਂ ਆਏ ਹੀ ਹਾਂ, ਵੇਖਦੇ ਹਾਂ ਜੈਸੀ ਕਾਰਵਾਈ ਹੋਈ, ਜੈਸੀ ਸੂਰਤ ਵੈਸੀ ਕਾਰਵਾਈ ਕੀਤੀ ਜਾਏ। ਅਤੇ ਸਾਰੇ ਹੁਣ ਪਤਾ ਲੱਗਿਆ ਵਾ ਵੀ 8 ਦਿਨ ਦਾ ਬੱਚਾ। ਮੇਰਾ ਨਾਮ ਮਲਕੀਤ ਸਿੰਘ ਹੈ, ਮੇਰਾ ਫਰੈਂਡ ਆ ਇਹਨਾਂ ਦੇ ਘਰ ਬੇਟਾ ਵਾ, ਮੇਰਾ ਨਾਮ ਸਪਨਾ ਹੈ, ਪ੍ਰਤਾਪੁਰ ਰਹਿੰਦੇ। ਉਹ ਨਾ ਕੱਲ੍ਹ ਫਾਰਮ ਭਰਨ ਆਈ, ਆਖਣ ਡਈ ਕਿ ਬੱਚਿਆਂ ਦੇ ਫਾਰਮ ਬੀਮਾ ਕਿੱਦਾਂ ਕਰਾਉਣਾ ਹੋਵੇ ਤੁਸੀਂ ਕਰਾ ਸਕਦੇ ਹੋ। ਤੋ ਕੱਲ੍ਹ ਦੀ ਫਾਰਮ ਭਰਨ ਡਈ ਅਤੇ ਅੱਜ ਕਹਿਣ ਡਈ ਕਿ ਫੋਟੋਆਂ ਖਿੱਚਣੀਆਂ ਬੱਚਿਆਂ ਦੀਆਂ, ਤੁਸੀਂ ਹੋਸਪਿਟਲ ਦੇ ਥੱਲੇ ਲਿਆਓ ਵੀ, ਵੀ ਹੋਸਪਿਟਲ ਦੀ ਵੀ ਖਿੱਚਣੀ ਫੋਟੋ ਨਾਲ, ਤੋ ਉੱਥੋਂ ਹੀ ਲੈ ਗਏ ਬੱਚਿਆਂ ਨੂੰ। ਮੇਰੀ 8 ਦਿਨਾਂ ਦੀ ਜੋ ਵਾਪਸ ਹੋਈ, ਉਹ ਮੰਮੀ ਥੱਲੇ ਜੋ, ਉਹਦੇ ਮੰਮੀ ਕੋ ਹੀ, ਇਹਦੀ ਨਾਨੀ ਕੋ ਥਾਣੇ ਉਹ ਆਏ ਜੋ।
थाने चल गए ही ना और भी किसी का बच्चा चोरी है हां जी वो सामने बैठ डाल रहा है उनका जी बेटी ही बेटा बेटा ही कितने चल रहा है वो भी 8 दिन आता है वो जनानी जेडी आई है पहले भी आ रही है हॉस्पिटल में नहीं वो कल ही आई थी उस तो बाद नहीं जा आज आई किस तरह का हो गया थोड़ा ਉਹਨੇ ਬਲੈਕ ਕਲਰ ਦੀ ਪਟਕੀ ਬੰਨੀ ਪਿੰਕ ਕਲਰ ਦਾ ਉਹ ਬੰਨਿਆ ਕਿ ਮਤਲਬ ਸੂਟ ਪਾਇਆ ਜੋ ਕੀ ਤੁਹਾਨੂੰ ਯਾਦ ਆ ਰਹੀ ਹਸਪੀਟਲ ਦੀ ਅਣਗਹਿਲੀ ਥੋੜੀ ਜਿਹੀ ਇਹ ਜਿਹੜੇ ਬੱਚੇ ਨਹੀਂ ਇਹ ਹੁਣ ਸਾਡੀ ਗਲਤੀ ਅਸੀਂ ਪੁੱਛਿਆ ਨਹੀਂ ਨਾ ਉਹਨਾਂ ਨੂੰ ਉਹ ਹਸਪੀਟਲ ਦੀ ਨਹੀਂ ਹਿਲਾਦੀ ਬਾਹਰ ਦੀ ਕਾਲੇ ਇਲਮ ਅਤੇ ਰੂਹਾਨੀ ਇਲਮ ਦੇ ਮਾਹਿਰ ਬਾਬਾ ਰਹਿਮਤ ਖਾਨ 2 ਘੰਟੇ 'ਚ ਘਰ ਬੈਠੇ ਸਮਾਧਾਨ ਵਸ਼ੀਕਰਨ ਕਰਨਾ ਜਾਂ ਤੋੜਨਾ ਪਿਆਰ ਵਿੱਚ ਧੋਖਾ ਲਵ ਮੈਰਿਜ ਪਤੀ ਪਤਨੀ ਵਿੱਚ ਅਣਬਣ ਸੌਤਨ ਦੁਸ਼ਮਣ ਦਾ ਨਾਸ਼ ਅਤੇ ਲਾਟਰੀ ਨੰਬਰ ਦੇ ਮਾਹਿਰ ਬਾਬਾ ਰਹਿਮਤ ਖਾਨ ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ ਸੰਪਰਕ 7339998181।